ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੀ ਨੀਟਿੰਗ ਚੈਨਲ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਫੇਰ ਹਾਜ਼ਰਾਂ ਤੁਹਾਡੇ ਲਈ ਬੁਣਤੀ ਦਾ ਇੱਕ ਨਵਾਂ ਡਿਜ਼ਾਈਨ ਲੈ ਕੇ। ਇਹ ਡਿਜ਼ਾਈਨ ਆਪਾਂ ਲੇਡੀਜ਼ ਕੋਟੀ ਜੈਕਟ ਦੇ ਉੱਪਰ ਬਣਾ ਸਕਦੇ ਹਾਂ। ਬਹੁਤ ਹੀ ਆਸਾਨੀ ਨਾਲ ਬਣਦਾ ਤੇ ਬਣਿਆ ਬਹੁਤ ਸੋਹਣਾ ਲੱਗਦਾ گا۔ ਇਹ ਡਿਜ਼ਾਈਨ ਬਣਾਉਣ ਲਈ ਜਦੋਂ ਵੀ ਆਪਾਂ ਸਲਾਈ ਦੇ ਉੱਪਰ ਕੁੰਡੇ ਪਾਵਾਂਗੇ 6-6 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਕੇ ਦੋ ਕੁੰਡੇ ਵੱਧ ਪਾ ਲਾਂਗੇ। ਫਿਰ ਇਹ ਡਿਜ਼ਾਈਨ ਆਪਣਾ ਪੂਰਾ ਆ ਜਾਂਦਾ। ਤੇ ਹੁਣ ਆਪਾਂ ਬਣਾਉਨੇ ਆ ਡਿਜ਼ਾਈਨ ਦੇਖਦੇ ਆ ਵੀ ਇਹ ਕਿਵੇਂ ਬਣੂਗਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਤੇ ਹੁਣ ਆਪਾਂ ਕਰਦੇ ਆ ਡਿਜ਼ਾਈਨ ਸ਼ੁਰੂ ਦੇਖਦੇ ਆ ਇਹ ਕਿਵੇਂ ਬਣੂਗਾ ਇਹ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਇਹ ਆਪਾਂ ਸਾਰੀ ਉਲਟੀ ਬਣਾਵਾਂਗੇ ਇਹ ਵਾਲੀ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਤੇ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੁੰਦਾ ਹੈ ਇਸ ਤਰ੍ਹਾਂ ਪਹਿਲਾ ਗੁੰਡਾ ਚਾਹੇ ਤੁਸੀਂ ਬਿਨਾ ਬੁਣੇ ਉਤਾਰ ਲੋ ਚਾਹੇ ਭੋਣ ਲੋ ਤੁਹਾਡੀ ਮਰਜ਼ੀ ਆ ਉਸ ਤੋਂ ਬਾਅਦ ਆਪਾਂ ਤਿੰਨ ਗੁੰਡੇ ਉਲਟੇ ਬਣਾਵਾਂਗੇ 1 2 3 ਤਿੰਨ ਗੁੰਡੇ ਉਲਟੇ ਬਣਾ ਕੇ ਆਹ ਵਾਲੇ ਤਿੰਨ ਗੁੰਡਿਆਂ ਦੇ ਉੱਪਰ ਆਪਾਂ ਇਸ ਤਰ੍ਹਾਂ ਦੋ-ਦੋ ਵਾਰੀ ਵੱਲ ਮਾਰਾਂਗੇ 1 दो तिन फे तिन कुंडे उल्टे, एक दो तिन फे तिन कुड्यांचे उपरली फळ मारांगे एक, एक दो तिन तिन कुडे फर ओदेही बनावे सिपल

ਚਾਰ ਕੁੰਡੇ ਆਪਾਂ ਸਿੱਧੇ ਬਣਾ ਲਏ ਜਿਹੜੇ ਬਲ ਮਾਰੇ ਸੀ ਕੁੰਡੇ ਇਹਨਾਂ ਦੇ ਆਪਾਂ ਇਸ ਤਰ੍ਹਾਂ ਬਲ ਢੇਡ ਲਵਾਂਗੇ ਇਸ ਤਰ੍ਹਾਂ ਬਲ ਢੇਡ ਕੇ ਆਹ ਜਿਹੜੇ ਪਿਛਲੇ ਦੋ ਕੁੰਡੇ ਨੇ ਇਹਨਾਂ ਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ ਟਪਾ ਕੇ ਦੋਹਾਂ ਦਾ ਇੱਕ ਕਰ ਦੇਣਾ ਫੇਰ ਧਾਗਾ ਆਪਣੇ ਵੱਲ ਕਰਕੇ ਜਿਹੜਾ ਇੱਥੇ ਆਪਣਾ ਕੁੰਡਾ ਘਟਿਆ ਉਹ ਨਾਲੇ ਕੁੰਡਾ ਬਣ ਜਾਣਾ ਨਾਲੇ ਇੱਥੇ ਜਾਲੀ ਬਣ ਜਾਣੀ ਫੇਰ ਤਿੰਨ ਕੁੰਡੇ ਸਿੱਧੇ 1 2 3 ਤਿੰਨ ਕੁੰਡੇ ਸਿੱਧੇ ਬਣਾ ਕੇ ਫੇਰ ਉਹ ਵਾਲਾਲੇ ਤਿੰਨੇ ਕੁੰਡੇ ਆਪਾਂ ਇਸ ਤਰ੍ਹਾਂ ਢੇਡ ਲੈਣੇ ਨੇ ਇਹਨਾਂ ਨੂੰ ਇੱਧਰ ਲਈ ਸਲਾਈ ਤੇ ਕਰਕੇ ਆ ਜਿਹੜੇ ਪਿਛਲੇ ਦੋ ਕੁੰਡੇ ਨੇ ਇਹਨਾਂ ਨੂੰ ਇਸ ਤਰ੍ਹਾਂ ਅੱਗੇ ਲਿਆ ਕੇ ਬਣਾਉਣਾ ਦੋਹਾਂ ਦਾ ਇੱਕ ਕਰ ਦੇਣਾ ਹੈ ਇੱਥੇ ਆਪਣਾ ਇੱਕ ਕੁੰਡਾ ਘਟ ਗਿਆ ਇਥੇ ਆਪਾਂ ਹੁਣ ਜਾਲੀ ਪਾ ਕੇ ਆਹ ਵਾਲੇ ਕੁੰਡੇ ਨੂੰ ਸਿੱਧਾ ਬਣਾ ਦੇਾਂਗੇ ਤੇ ਕੁੰਡਾ ਆਪਣਾ ਪੂਰਾ ਆ ਜਾਊ। ਤਿੰਨ ਕੁੰਡੇ ਸਿੱਧੇ। ਫਿਰ ਤਿੰਨ ਕੁੰਡਿਆਂ ਦੇ ਵੱਲ ਦੇੜ ਲੈਣੇ ਨੇ। ਐਸ ਤਰਾ। ਦੋ ਕੁੰਡਿਆਂ ਦਾ ਇੱਕ ਕਰ ਦੇਣਾ, ਜਾਲੀ ਪਾ ਦੇਣੀ ਆ। ਇੱਕ ਕੁੰਡਾ ਸਿੱਧਾ। ਲਾਸਟ ਵਾਲੇ ਕੁੰਡੇ ਆਪਣੇ ਜਾਣਗੇ ਸਿੱਤੇ ਹੁਣ ਆ ਗਏ ਆ ਪਲਟੀ ਸਲਾਈ ਤੇ ਪਲਟੀ ਸਲਾਈ ਪਹਿਲਾ ਕੁੰਡਾ ਇਸ ਤਰ੍ਹਾਂ ਆਪਾਂ ਉਲਟਾ ਬਣਾ ਲਵਾਂਗੇ ਪਹਿਲਾ ਆਪਾਂ ਆ ਤਿੰਨ ਕੁੰਡੇ ਪਲੇਨ ਬੁਨੇ ਸੀ ਹੁਣ ਇਹਨਾਂ ਤੇ ਵਲ ਮਾਰ ਲਾਂਗੇ ਆਪਾਂ ਦੋ ਦੋ ਵਾਰੀ 1 2 3 फिर तिन कुंडे प्लेन एक दो तिन फिर वळ मार लवे तिन् ते एक दो तिन तिन कुंडे प्लेन एक दो तिन तिन कुड्यात फेर वळ मार लगे दो तिन 10 ਕੁੰਡੇ ਪਲੇਨ ਇਹੀ ਆਪਾਂ 6 ਕੁੰਡਿਆਂ ਨੂੰ ਵਾਰ-ਵਾਰ ਰਿਪੀਟ ਕਰਨਾ 2 10 ਲਾਸਟ ਵਾਲਾ ਕੁੰਡਾ ਵੀ ਆਪਣਾ ਇਸ ਤਰ੍ਹਾਂ ਇਕੱਲਾ ਉਲਟਾ ਸਿੱਧੀ ਸਲਾਈ ਤੇ ਆ ਗਏ ਸਿੱਧੀ ਸਲਾਈ ਤੇ ਫੇਰ ਆਪਾਂ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਇਹਨਾਂ ਦੇ ਵੱਲ 1.5 ਲਵਾਂਗੇ 1 2 ਤਿੰਨ ਫਿਰ ਉਹ ਮੈਂ ਆਪਾਂ ਪਿਛਲੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਅੱਗੇ ਲਿਆਉਣਾ ਨੋਂ ਦਾ ਇੱਕ ਕਰ ਦੇਣਾ ਇੱਥੇ ਜਾਲੀ ਪਾ ਕੇ ਆਪਣਾ ਕੁੰਡਾ ਪੂਰਾ ਕਰ ਲੈਣਾ ਤਿੰਨ ਕੁੰਡੇ ਸਿੱਧੇ 1 2 3 1 2 3 ਬਹੁਤ ਹੀ ਸਾਨ ਡਿਜ਼ਾਈਨ ਆ ਬਣਿਆ ਬਹੁਤ ਸੋਹਣਾ ਲੱਗਦਾਗਾ ਕੋਟੀ ਜੈਕਟ ਦੇ ਉੱਪਰ ਐਕਸਟਰਾ ਦੋ ਸਲਾਈਆਂ ਦਾ ਹੀ ਡਿਜ਼ਾਈਨ ਆ ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਇਸੇ ਤਰ੍ਹਾਂ ਰਿਪੀਟ ਕਰਦੇ ਜਾਵਾਂਗੇ ਤੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਜਾਊਗਾ ਅੱਗੇ ਦੀ ਅੱਗੇ ਆਪਣਾ ਬਹੁਤ ਆਸਾਨੀ ਨਾਲ ਬਣਦਾ ਹੈਗਾ ਲਾਸਟ ਵਾਲਾ ਕੋੰਡਾ ਸਿੱਧਾ ਇਹ ਦੇਖੋ ਆਪਣਾ ਡਿਜ਼ਾਈਨ ਬਣਨ ਲੱਗ ਗਿਆ। ਉਲਟੀ ਸਲਾਈ ਫੇਰ ਆਪਾਂ ਉਸੇ ਤਰ੍ਹਾਂ ਪਾਵਾਂਗੇ ਸਿੱਧੀ ਸਲਾਈ। ਇਸ ਤਰ੍ਹਾਂ ਦੋ-ਦੋ ਸਲਾਈਆਂ ਦਾ ਇਹ ਡਿਜ਼ਾਈਨ ਤੇ ਸ਼ੁਰੂ ਹੋ ਗਿਆ ਡਿਜ਼ਾਈਨ ਆਪਣਾ ਬਣਨਾ। ਹਾਂਜੀ ਇਹ ਡਿਜ਼ਾਈਨ ਦੇਖੋ ਬਣ ਕੇ ਆਪਣਾ ਇਸ ਤਰ੍ਹਾਂ ਦਾ ਲੱਗਦਾ। ਦੇਖੋ ਕਿੰਨਾ ਸੋਹਣਾ ਲੱਗਦਾ ਟੇਡੀਆਂ ਲਸਰਾਂ ਵਾਲਾ ਡਿਜ਼ਾਈਨ ਇਸ ਤਰ੍ਹਾਂ ਹੀ ਟੇਡੀਆਂ ਟੇਡੀਆਂ ਲਸਰਾਂ ਜਾਈ ਜਾਣਗੀਆਂ ਤੇ ਬਣਿਆ ਬਹੁਤ ਸੋਹਣਾ ਲੱਗਦਾ ਸਪੈਸ਼ਲ ਪਹਿਣਾ ਦੀ ਕੋਟੀ ਜੈਕਟ ਲਈ ਡਿਜ਼ਾਈਨ ਆ ਜੇਕਰ ਤੁਹਾਨੂੰ ਮੇਰਾ ਇਹ ਡਿਜ਼ਾਈਨ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ